ਸਾਰਿਆਂ ਨੇ ਰੋਣਾ ਅੱਜ ਸਾਰੇ ਉਹ ਸੱਜਣ ਬੇਲੀ ਛੱਡੀ ਜਾਣਾ ਵਾ ਅੱਲਾ ਵਾਲਿਆ ਜਿਲੇ ਜਨਾਜ਼ਾ ਨਿਕਲਿਆ ਕਿਸੇ ਨੇ ਕੰਧੇ ਤੇ ਚੁੱਕਿਆ ਕੋਈ ਅੱਗੇ ਆਇਆ ਕੋਈ ਪਿੱਛੇ ਗਿਆ ਆਂਦਾ ਅੱਜ ਸਾਰੇ ਸੱਜਣ ਉਹ ਬੇਲੀ ਛੱਡੀ ਜਾਣਾ ਵਾ ਜਿਹਦੇ ਵਿੱਚ ਰਹਿੰਦਾ ਸਾ ਹਵੇਲੀ ਛੱਡੀ ਜਾਣਾ ਜਿਲੇ ਜਨਾਜ਼ਾ ਨਿਕਲੇਗਾ ਅੱਜ ਸਾਰੇ ਸੱਜਣ ਪੁੱਤਰ ਧੀਆਂ ਬਾ ਯਾਰ ਬੇਲੀ ਅੱਜ ਸਾਰੇ ਸੱਜਣ ਓਏ ਬੇਲੀ ਛੱਡੀ ਜਾਣਾ ਵਾ ਜਿਹਦੇ ਵਿੱਚ ਰਹਿੰਦਾ ਤਾ ਹਵੇਲੀ ਛੱਡੀ ਜਾਣਾ ਵਾ ਓਏ ਕਿੰਨਾ ਵੀ ਮੈਂ ਬਚਾਇਆ ਆਖਰ ਓਏ ਕਿੰਨਾ ਵੀ ਤੂੰ ਬਚੇ ਆਖਰ ਓਏ ਮਿੱਟੀ ਥੱਲੇ ਆਉਣਾ ਏ ਬਹਿ ਕੇ ਮੇਰੇ ਕੋਲ ਫਿਰ ਸਾਰਿਆਂ ਨੇ ਰੋਣਾ ਏ ਓ ਮੁੱਕੇ ਜਦੋਂ ਸਾਤੇ ਓਏ ਮਿੱਟੀ ਦਾ ਮੈਂ ਹੋਣਾ ਮੈਂ ਕਿ ਤੇਰੇ ਕੋਲ ਫਿਰ ਸਾਰਿਆਂ ਨੇ ਰੋਣਾ ਏ ਇਹ ਕਬਰ ਦਾ ਫਿਕਰ ਕਰ ਹਜਰ ਦਾ ਫਿਕਰ ਕਰ ਅੱਲਾ ਬਾਗ ਨੇ ਫਰਮਾਈ ਸੁਮਤ ਰਦੋਨਾ ਇਲਾ ਆਲੀ ਮਿਲ ਗਈ ਵੀ ਮਸ਼ਹਾਦਾ ਭਾਯੋ ਨਬਿਓ ਕੁਮ ਬਿਮਾ ਕੁਲ ਤੁਮ ਤਾ ਮਲੋ ਅਗਲੀ ਤਿਆਰੀ ਕਰ ਲਓ ਸੋਚ ਲਓ ਫਿਕਰ ਕਰ ਲਓ ਆਪਣੇ ਆਪਣੇ ਗਿਰੇਬਾਨ ਚ ਜਾਗ ਲਓ ਹਰ ਬੰਦੇ ਨੂੰ ਪਤਾ ਹੈ ਮੈਨੂੰ ਮੇਰਾ ਪਤਾ ਮੈਂ ਕਿੰਨੇ ਪਾਣੀ ਚ ਹਾਂ ਤੈਨੂੰ ਤੇਰਾ ਪਤਾ ਹੈ ਕੋਈ ਕਿੰਨੇ ਪਾਣੀ ਚ ਹੈ ਖੁਦਾ ਰਾ ਇਹ ਆਵਾਜ਼ ਏ ਜਿਹੜਾ ਬੜਾ ਹੀ ਸਖਤ ਏ ਲੇਕਿਨ ਅਗਰ ਤੇਰੇ ਦਿਲ ਦੇ ਅੰਦਰ ਉਤਰ ਜਾਏ ਲੈ ਯਬਲੁਵਕੁਮ ਅਯੁਕੁਮ ਅਹਸਨੁ ਅਮਲਾ ਫਿਰ ਤੇਰੀ ਜ਼ਿੰਦਗੀ ਅਹਸਨ ਤੇਰਾ ਅਮਲ ਅਹਸਨ ਤੇਰੀ ਸੋਚ ਅਹਸਨ ਤੇਰੀ ਫਿਕਰ ਅਹਸਨ ਤੇਰਾ ਬੋਲਣਾ ਅਹਸਨ ਤੇਰਾ ਵੇਖਣਾ ਅਹਸਨ ਤੇਰਾ ਸੁਣਨਾ ਅਹਸਨ ਤੇ ਤੇਰੀ ਮੌਤ ਵੀ ਸੁਭਾਨਕ ਅੱਲਾਹੁਮਮ ਬਿਹਮਦਿਕਾ ਅਸ਼ਾਦੁ ਅੱਲਾ ਇਲਾਹਾ ਇਲਾ ਅੰਤਾ ਅਸਤਗਫਿਰੁਕਾ ਵਅਤੂਬੁ ਅਲੈਕ ਆਖਿਰੁ ਦਾਵਾਨਾ ਅਨਿਲ ਹਮਦੁਲਿਲਾਹਿ ਰੱਬਿਲ ਆਲਮੀਨ ਨਾ ਜੀ ਕਿੱਦਾਂ ਨੇ ਅਠਾਈ ਅੱਲਾਹ ਅਕਬਰ ਅੱਲਾਹ ਅਕਬਰ ਇਨ ਅਲਹਮਦੁਲਿਲਾਹ ਨਹਮਦੁਹੁ ਵਨਸਤਈਨੁਹੁ ਵਨਸਤਗਫਿਰੁ ਵਨਊਜ਼ੁ ਬਿੱਲਾਹਿ ਮਿਨ ਸ਼ਰੂਰਿ ਅਨਫੁਸਿਨਾ ਵਮਿਨ ਸਯਿਆਤਿ ਅਮਾਲਿਨਾ ਮੈਂ ਯਹਦਿਹਿਲਾਹੁ ਫਲਾ ਮੁਜ਼ਿਲ੍ਲਾ ਲਹੁ ومن يسلل فلا هادي له اشهد ان لا اله الا الله وحده لا شريك له واشهد ان محمدا عبده ورسوله اما بعد يا ايها الناس ان خير الحديث كتاب الله وخير الهدي هدي محمد صلى الله عليه وسلم وشر الامور محدثاتها وكل محدثه بدعه وكل بدعه ضلاله وكل ضلاله في النار اعوذ بالله من الشيطان الرجيم بسم الله الرحمن الرحيم يا ايها الذين امنوا اتقوا الله حق تقاته ولا تموتن الا وانتم مسلمون میرے بھائیو دعاواں نے کس بھائی لکھا جی میرے بھائی نے نوکری کے لیے درخواست دی ہے دعا کرو کہ اللہ پاک اپنی رحمت دے نال اونوں کامیاب فرمائے ਅਤੇ ਅੱਲਾ ਪਾਕ ਸਾਡੇ ਘਰ ਵਿੱਚ ਆਂਦਾ ਜੀ ਰਹਿਮਤਾਂ ਨਾਜ਼ਲ ਫਰਮਾਏ ਅਤੇ ਪੰਜ ਵਕਤ ਦਾ ਅੱਲਾ ਨਮਾਜ਼ ਹੀ ਬਣਾਏ ਕਹਿੰਦਾ ਜੀ ਮੇਰੇ ਭਾਈ ਦੇ ਜਿਸਮ ਦੇ ਅੰਦਰ ਕਮਜ਼ੋਰੀ ਦੇ ਅੰਦਰ ਮੁਬਤਲਾ ਹੈ ਦੁਆ ਕਰੋ ਅੱਲਾ ਸਿਹਤ ਅਤਾ ਫਰਮਾਏ ਕਹਿੰਦਾ ਦੁਆ ਕਰੇ ਨੌਵੀਂ ਜਮਾਤ ਦਾ ਇਮਤਿਹਾਨ ਦੇ ਰੱਖਾ ਹੈ ਅੱਲਾ ਵੀ ਬੱਚਿਆਂ ਨੂੰ ਕਾਮਯਾਬ ਫਰਮਾਏ ਕਾਰੀ ਸਾਹਿਬ ਮੈਂ ਬਹੁਤ ਪਰੇਸ਼ਾਨ ਹੂੰ ਦੁਆ ਕਰੇ ਅੱਲਾ ਤਾਲਾ ਮੇਰੀ ਤਮਾਮ ਜਿਸਮਾਨੀ ਰੂਹਾਨੀ ਬਿਮਾਰੀਆਂ ਦੂਰ ਫਰਮਾ ਦੇ ਅੱਲਾ ਮੇਰੇ ਤਮਾਮ ਸਗੀਰਾ ਕਬੀਰਾ ਗੁਨਾਹ ਮਾਫ਼ ਫਰਮਾ ਦੇ ਅੱਲਾ ਸਭ ਨੂੰ ਨੇਕੀ ਦੀ ਤੋਫੀਕ ਨਸੀਬ ਫਰਮਾਏ ਬਾਈਓ ਕਿ 31 ਇਹ ਜਿਹੜੀ 31 ਆ ਰਹੀ ਹੈ ਐਤਵਾਰ ਨੂੰ ਆ ਰਹੀ ਹੈ ਜੀ ਕਿ ਜੁਮੇਰਾਤ ਨੂੰ ਹਾਂ ਜੁਮੇਰਾਤ ਨੂੰ ਇਨਸ਼ਾ ਅੱਲਾ ਫਿਰੋਜ਼ ਵਟੂਆਂ ਅਮੀਰ ਉਲ ਮੁਜਾਹਿਦੀਨ ਪ੍ਰੋਫੈਸਰ ਹਾਫਿਜ਼ ਮੁਹੰਮਦ ਸਈਦ ਹਫੀਜ਼ਹੁੱਲਾ ਅਸਰ ਦੀ ਨਮਾਜ਼ ਤੋਂ ਬਾਅਦ ਉੱਥੇ ਖਿਤਾਬ ਫਰਮਾਉਣਗੇ ਜਿਹੜੇ ਭਾਈ ਜਾਣਾ ਚਾਹੁਣ ਨੋਟ ਕਰ ਲੈਣ ਔਰਤਾਂ ਦਾ ਜਲਸਾ ਇਨਸ਼ਾਅੱਲਾ 28 ਤਰੀਕ ਨੂੰ ਜਾਮਿਆ ਹਦੀਕਤੁਲ ਇਸਲਾਮ ਮਸਜਿਦ ਇਬਰਾਹਿਮ ਦੇ ਕੋਲ ਸੁਬਾਹ 9 ਵਜੇ ਤੋਂ ਲੈ ਕੇ ਅਸਰ ਤੱਕ ਇਨਸ਼ਾਅੱਲਾ ਜਾਰੀ ਰਹੇਗਾ ਜਿਹੜੀਆਂ ਪੈਣਾ ਜਾਣੀਆਂ ਚਾਹਣ ਉੱਥੇ ਪਹੁੰਚ ਜਾਣ ਮੇਰੇ ਭਾਈ ਜਵੇਦ ਸਾਹਿਬ ਉਹਨਾਂ ਦੇ ਵਾਲਦ ਮੋਹਤਰਮ ਪਿਛਲੇ ਮੈਂ ਜਾ ਰਿਹਾ ਸਾਂ ਉਸ ਦਿਨ ਮੇਰਾ ਜਲਸਾ ਸੀ ਖਾਨੇਵਾਲ ਤੋਂ ਨਹੀਂ ਤਾਂ ਮੈਂ ਖੁਦ ਜਨਾਦਾ ਪੜ੍ਹਾਉਂਦਾ ਸਾਲ ਹਾ ਸਾਲ ਜਿਵੇਂ ਹਾਜ ਸਾਹਿਬ ਇਹ ਰਾਮਗੜਾ ਉਹ ਕਿੱਥੇ ਵੇ ਉੱਥੋਂ ਛੱਡ ਕੇ ਇੱਥੇ ਆਉਂਦੇ ਨੇ ਬੜੇ ਬੜੇ ਦੂਰੋਂ ਸਾਥੀ ਆਉਂਦੇ ਨੇ ਉਹ ਮੱਲਾ ਰਸੂਲ ਨਗਰ
ਉੱਥੋਂ ਜਨਾਬ ਅਲੀ ਬਜ਼ੁਰਗ ਜਨਾਬ ਅਲੀ ਅੱਵਲ ਜਗ੍ਹਾ 'ਤੇ ਆਣ ਕੇ ਬੈਠਦੇ ਸਨ ਸਭ ਦੇ ਵਿੱਚ, ਇੱਥੇ ਮੇਰੇ ਸਾਹਮਣੇ ਉਹ ਹਫ਼ਤੇ ਨੂੰ ਪਿਆਰੇ ਹੋ ਗਏ। ਦੁਆ ਕਰੋ ਅੱਲਾਹ ਉਹਨਾਂ ਦੇ ਗੁਨਾਹ ਮਾਫ਼ ਫਰਮਾਏ, ਅੱਲਾਹ ਉਹਨਾਂ ਨੂੰ ਜੰਨਤ 'ਚ ਆਲਾ ਮੁਕਾਮ ਨਸੀਬ ਫਰਮਾਏ, ਅੱਲਾਹ ਉਹਨਾਂ ਦੀ ਕਬਰ ਨੂੰ ਜੰਨਤ ਦਾ ਬਾਗ ਬਣਾ ਦੇ, ਅੱਲਾਹ ਉਹਨਾਂ ਦੇ ਬੱਚਿਆਂ ਨੂੰ ਸਬਰ ਜਮੀਲ ਨਸੀਬ ਫਰਮਾਏ। ਅੱਲਾਹੁਮ ਅਗਫਿਰ ਲਹੂ ਵਰਹਮਹੁ ਵਾਫਹੀ ਵਾਫੁ ਅਨਹੁ ਵਾਕਰਿਮ ਨੁਜ਼ਲਹੁ ਵਵਸਿ ਮਦਖਲਹੁ ਅੱਲਾਹੁਮ ਅਇਜ਼ਹੁ ਮਿਨ ਫਿਤਨਤਿਲ ਕਬਰਿ ਵਅਜ਼ਾਬਿਨ ਨਾਰ। ਹੋਰ ਬਈ ਜਿਹੜੇ ਫੌਤ ਹੋਏ ਨੇ ਅੱਲਾਹ ਸਭ ਨੂੰ ਮਾਫ਼ ਫਰਮਾਏ। ਇਨਸ਼ਾ ਅੱਲਾਹ ਬਕੀਆ ਜੋ ਸਾਡਾ ਜੁਮਾ, ਕਿਆਮਤ ਦੀਆਂ ਨਿਸ਼ਾਨੀਆਂ, ਕਿਆਮਤ ਦੇ ਅਹਵਾਲ ਅਗਲੇ ਜੁਮੇ ਅੱਲਾਹ ਪਾਕ ਸਮਝਣ ਦੀ ਤੋਫੀਕ ਨਸੀਬ ਫਰਮਾਏ। ਅੱਲਾਹ ਸਾਨੂੰ ਸੱਚਾ ਪੱਕਾ ਇਮਾਨਦਾਰ ਬਣਾਏ, ਅੱਲਾਹ ਸਾਡੇ ਉੱਤੇ ਰਾਜ਼ੀ ਹੋ ਜਾਏ। ਸੁਭਾਨ।